ਰੇਂਜਰ ਸਟੇਜ ਤੇ ਬੈਠੇ ਨੇ, ਉਹਨਾਂ ਦੀ ਗੁਫ਼ਤਗੂ ਸੁਣਨਾ ਚਾਹੁੰਦੇ ਨੇ ਦੋਸਤ। ਔਰ ਮੇਰਾ ਮੈਂ ਵੈਸੇ ਵੀ ਮਰਜ਼ ਸੇ ਬੋਲੇ ਸ਼ਾਹ ਦਾ ਹਿੱਸਾ ਵਾ, ਔਰ ਮੇਰਾ ਤਸੱਵਰ ਮਹਿਮਾਨਾਂ 'ਚ ਨਹੀਂ ਮੇਜ਼ਬਾਨਾਂ 'ਚ ਹੁੰਦਾ, ਲਿਹਾਜ਼ਾ ਮੈਂ ਆਪਣੀ ਗੁਫ਼ਤਗੂ ਲੰਮੀ ਨਹੀਂ ਕਰਾਂਗਾ। ਇੱਕ ਅੱਧੇ ਨੁਕਤੇ ਦੀ ਗੱਲ ਕਰਕੇ ਅਤੇ ਮਹਿਮਾਨਾਂ ਨੂੰ ਸੁਣਨ ਦੀ ਕੋਸ਼ਿਸ਼ ਕਰਾਂਗਾ। ਪਹਿਲੀ ਗੱਲ ਤਾਂ ਦੇਖੀਏ ਸਾਡੇ ਵਾਸਤੇ, ਕਿਉਂਕਿ ਜਿਹੜੇ ਅਕਾਬਰੀਨ ਸਟੇਜ 'ਤੇ ਤੁਸੀਂ ਫਰਮਾ ਰਹੇ ਹੋ, ਦੋਹਾਂ ਜਮਾਤਾਂ ਦੇ ਅਕਾਬਰੀਨ ਮੌਜੂਦ ਨੇ, ਔਰ ਸਾਡਾ ਇਸ ਪਲੇਟਫਾਰਮ 'ਤੇ ਇੱਕੋ ਹੀ ਬੁਨਿਆਦੀ ਮੁਕਾਬਲਾ ਹੁੰਦਾ ਕਿ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਗਿਆ, ਪੰਜਾਬੀ ਜ਼ਬਾਨ ਨੂੰ ਰੋਟੀ ਰੋਜ਼ੀ ਦੀ ਜ਼ਬਾਨ ਬਣਾਇਆ ਗਿਆ। ਔਰ ਜਿਵੇਂ ਇੱਥੇ ਜ਼ਿਕਰ ਹੋਇਆ ਕਿ ਸਿੰਧ 'ਚ ਕੋਈ ਬੱਚਾ ਮੈਟ੍ਰਿਕ ਨਹੀਂ ਕਰ ਸਕਦਾ ਜਿੰਨਾ ਚਿਰ ਉਸ ਦਾ ਬੱਚਾ ਨਾ ਦੇ ਦੇਵੇ, ਪੀ ਕੇ ਪੀ ਕੇ 'ਚ ਪਸ਼ਤੋ ਦਾ ਪਰਚਾ ਦੇਣਾ ਲਾਜ਼ਮੀ। ਅਤੇ ਸਾਡੇ ਨਾਲ ਇਹ ਥੋੜ੍ਹੀ ਜਿਹੀ ਬੇਰਕੂ ਦਾ ਸਬੂਤ ਹੋ ਰਿਹਾ ਕਿ ਇੱਥੇ ਪੰਜਾਬੀ ਨੂੰ ਜ਼ਰੀਆ ਤਾਲੀਮ ਨਹੀਂ ਬਣਾਇਆ ਗਿਆ। ਚੌਰੀ ਮਨਸੂਰ ਸਾਹਿਬ ਔਰ ਕਮਲ ਸਮਾਨ ਕਹਿ ਰਹੇ ਸਾਡੇ ਯਕੀਨਨ ਇੱਕ ਮਿਟਰ ਪੰਜਾਬੀ ਨੇ, ਔਰ ਇਹਨਾਂ ਦੀ ਪੰਜਾਬੀ ਵਾਸਤੇ ਖਿਦਮਾਤ ਕਿਸੇ ਤੋਂ ਬੋਲੇ ਨਹੀਂ। ਮੈਂ ਚਾਹਾਂਗਾ ਕਿ ਅੱਜ ਦੇ ਪਲੇਟਫਾਰਮ ਅਸੀਂ ਇੱਕੋ ਹੀ ਮੁਤਾਲਬਾ ਰੱਖੀਏ ਕਿ ਪੰਜਾਬੀ ਜ਼ਬਾਨ ਨੂੰ ਜ਼ਰੀਆ ਤਾਲੀਮ ਬਣਾਇਆ ਗਿਆ, ਤਾਂ ਕਿ ਨਵੀਂ ਨਸਲ ਬੋਲੇ ਸ਼ਾਹ ਨੂੰ ਪੜ੍ਹ ਸਕੇ, ਵਾਰਿਸ ਸ਼ਾਹ ਨੂੰ ਪੜ੍ਹ ਸਕੇ, ਸੁਲਤਾਨ ਬਾਹੂ ਨੂੰ ਪੜ੍ਹ ਸਕੇ, ਮੀਆਂ ਮੁਹੰਮਦ ਨੂੰ ਪੜ੍ਹ ਸਕੇ। ਕਿਉਂਕਿ ਮੇਰਾ ਇਸ ਗੱਲ 'ਤੇ ਇਮਾਨ ਹੈ ਕਿ ਸਾਡੇ ਬਜ਼ੁਰਗਾਂ ਦੀ ਤਾਲੀਮਾਤ ਤੋਂ ਅਗਰ ਨਵੀਂ ਨਸਲ ਆਗਾਹ ਹੋਵੇ ਤਾਂ ਯਕੀਨਨ ਖਾਮੀਆਂ ਕੁਤਾਹੀਆਂ ਤੋਂ ਦੂਰ ਹੋਵੇ, ਲਿਹਾਜ਼ਾ ਨਵੀਂ ਨਸਲ ਨੂੰ ਇੱਕ ਚੰਗਾ ਅਤੇ ਚੰਗਾ ਇਨਸਾਨ ਬਣਾ। ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਸੂਫੀਆ ਦਾ ਕਲਾਮ ਨਵੀਂ ਨਸਲ ਤੱਕ ਪਹੁੰਚਾਈਏ, ਔਰ ਉਸੇ ਤਰ੍ਹਾਂ ਪਹੁੰਚ ਸਕਦਾ ਕਿ ਪੰਜਾਬੀ ਨੂੰ ਜ਼ਰੀਆ ਤਾਲੀਮ ਬਣਾਇਆ ਗਿਆ ਤਾਂ ਕਿ ਨਵੀਂ ਨਸਲ ਬੋਲੇ ਦੇ ਅਧਿਕਾਰ ਤੋਂ ਬਚ। ਔਰ ਮੈਂ ਦੂਜੀ ਗੱਲ ਇਹ ਨਿਸ਼ਾਨਦੇਹ ਕਰਨਾ ਚਾਹਾਂਗਾ, ਉਹ ਵੀ ਇਹ ਹੀ ਹੈ ਕਿ ਸਾਡੇ ਮੁਖਤਲ ਜਗ੍ਹਾ 'ਤੇ ਬੁੱਲੇ ਸ਼ਾਹ ਦੀ ਧਰਤੀ ਦਾ ਸ਼ਨਾਖਤੀ ਕਾਰਡ ਵੇਖ ਕੇ ਜਿਹੜਾ ਕਤਲੇਆਮ ਹੋ ਗਿਆ ਇਹ ਯਕੀਨਨ ਕਾਬਲੇ ਮੁਕਰਮ ਹੈ, ਔਰ ਅਕਾਬਰੀਨ ਨੂੰ ਇੱਥੇ ਨਿਗੋ ਕਰਨਾ ਚਾਹੀਦਾ। ਬਹੁਤ ਸ਼ੁਕਰੀਆ, ਬਹੁਤ